ਪਹਾੜਾਂ 'ਚ ਚੱਲਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਮਿੰਟਾਂ ਸਕਿੰਟਾਂ ਦੇ ਵਿੱਚ ਇਹ ਗੱਡੀ ਅੱਗ ਦਾ ਗੋਲਾ ਬਣ ਗਈ। ਦੱਸਣਾ ਬਣਦਾ ਹੈ ਕਿ ਇਸ ਗੱਡੀ ਦੇ ਵਿੱਚ 5 ਲੋਕ ਸਵਾਰ ਸਨ ਤੇ ਸਾਰੇ ਹੀ ਕਾਂਗਰਸ ਦੇ ਸੀਨੀਅਰ ਵਰਕਰ ਸਨ ਜੋ ਇੱਕ ਮੀਟਿੰਗ ਦੇ ਵਿੱਚ ਜਾ ਰਹੇ ਸਨ, ਪਰ ਰਸਤੇ ਦੇ ਵਿੱਚ ਹੀ ਇਹ ਭਾਣਾ ਵਾਪਰ ਜਾਂਦਾ ਹੈ। ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਦੱਸਣਾ ਪੈਂਦਾ ਕਿ ਮੋਰਨੀ ਪੰਚਕੂਲਾ ਮਾਰਗ ਤੇ ਚੱਲਦੀ ਇਸ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਇਸਤਰੀਆਂ ਪਿੰਡ ਦੇ ਕੋਲ ਸੜਕ ਤੇ ਚੜ੍ਹਾਈ ਹੋਣ ਦੇ ਕਾਰਨ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਗੱਡੀ ਦੇ ਵਿੱਚ 5 ਜਣੇ ਸਵਾਰ ਸਨ, ਪਰ ਗਨੀਮਤ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਰਿਹਾ ਅਤੇ ਮੌਕਾ ਰਹਿੰਦੇ 5 ਜਣੇ ਗੱਡੀ ਤੋਂ ਥੱਲੇ ਉਤਰ ਗਏ, ਜਿਸ ਕਾਰਨ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਲੋਕਾਂ ਨੇ ਇਹ ਮੰਜ਼ਰ ਆਪਣੇ ਫੋਨ ਦੇ ਕੈਮਰਿਆਂ ਦੇ ਵਿੱਚ ਕੈਦ ਕਰ ਲਿਆ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਭੀੜ ਉੱਥੇ ਇਕੱਠਾ ਹੋ ਗਈ। ਪਹਾੜਾਂ ਦੇ ਵਿੱਚ ਇਹ ਹਾਦਸਾ ਵਾਪਰਿਆ ਜਦੋਂ ਚੱਲਦੀ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਗੱਡੀ ਦੇ ਵਿੱਚ 5 ਜਣੇ ਸਵਾਰ ਹੁੰਦੇ ਨੇ ਤੇ ਸਾਰੇ ਹੀ ਕਾਂਗਰਸ ਦੇ ਸੀਨੀਅਰ ਵਰਕਰ ਹੁੰਦੇ ਨੇ ਜੋ ਇੱਕ ਮੀਟਿੰਗ ਦੇ ਵਿੱਚ ਜਾ ਰਹੇ ਹੁੰਦੇ ਨੇ, ਪਰ ਰਸਤੇ ਦੇ ਵਿੱਚ ਹੀ ਇਹ ਭਾਣਾ ਵਾਪਰ ਜਾਂਦਾ ਹੈ। ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਹਾਦਸਾ ਮੋਰਨੀ ਪੰਚਕੂਲਾ ਮਾਰਗ ਤੇ ਵਾਪਰਿਆ ਜਦੋਂ ਚੜ੍ਹਾਈ ਚੜ੍ਹਦੇ ਹੋਏ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਪਹਾੜਾਂ 'ਚ ਚੱਲਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਮਿੰਟਾਂ ਸਕਿੰਟਾਂ ਦੇ ਵਿੱਚ ਇਹ ਗੱਡੀ ਅੱਗ ਦਾ ਗੋਲਾ ਬਣ ਗਈ। ਦੱਸਣਾ ਬਣਦਾ ਹੈ ਕਿ ਇਸ ਗੱਡੀ ਦੇ ਵਿੱਚ 5 ਲੋਕ ਸਵਾਰ ਸਨ ਤੇ ਸਾਰੇ ਹੀ ਕਾਂਗਰਸ ਦੇ ਸੀਨੀਅਰ ਵਰਕਰ ਸਨ ਜੋ ਇੱਕ ਮੀਟਿੰਗ ਦੇ ਵਿੱਚ ਜਾ ਰਹੇ ਸਨ, ਪਰ ਰਸਤੇ ਦੇ ਵਿੱਚ ਹੀ ਇਹ ਭਾਣਾ ਵਾਪਰ ਜਾਂਦਾ ਹੈ। ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਦੱਸਣਾ ਪੈਂਦਾ ਹੈ ਕਿ ਮੋਰਨੀ ਪੰਚਕੂਲਾ ਮਾਰਗ ਤੇ ਚੱਲਦੀ ਇਸ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਇਸਤਰੀਆਂ ਪਿੰਡ ਦੇ ਕੋਲ ਸੜਕ ਤੇ ਚੜ੍ਹਾਈ ਹੋਣ ਦੇ ਕਾਰਨ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਗੱਡੀ ਦੇ ਵਿੱਚ 5 ਜਣੇ ਸਵਾਰ ਸਨ, ਪਰ ਗਨੀਮਤ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਰਿਹਾ ਅਤੇ ਮੌਕਾ ਰਹਿੰਦੇ 5 ਜਣੇ ਗੱਡੀ ਤੋਂ ਥੱਲੇ ਉਤਰ ਗਏ, ਜਿਸ ਕਾਰਨ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਲੋਕਾਂ ਨੇ ਇਹ ਮੰਜ਼ਰ ਆਪਣੇ ਫੋਨ ਦੇ ਕੈਮਰਿਆਂ ਦੇ ਵਿੱਚ ਕੈਦ ਕਰ ਲਿਆ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਭੀੜ ਉੱਥੇ ਇਕੱਠਾ ਹੋ ਗਈ। ਪਹਾੜਾਂ ਦੇ ਵਿੱਚ ਇਹ ਹਾਦਸਾ ਵਾਪਰਿਆ ਜਦੋਂ ਚੱਲਦੀ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਗੱਡੀ ਦੇ ਵਿੱਚ 5 ਜਣੇ ਸਵਾਰ ਹੁੰਦੇ ਨੇ ਤੇ ਸਾਰੇ ਹੀ ਕਾਂਗਰਸ ਦੇ ਸੀਨੀਅਰ ਵਰਕਰ ਹੁੰਦੇ ਨੇ ਜੋ ਇੱਕ ਮੀਟਿੰਗ ਦੇ ਵਿੱਚ ਜਾ ਰਹੇ ਹੁੰਦੇ ਨੇ, ਪਰ ਰਸਤੇ ਦੇ ਵਿੱਚ ਹੀ ਇਹ ਭਾਣਾ ਵਾਪਰ ਜਾਂਦਾ ਹੈ। ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਹਾਦਸਾ ਮੋਰਨੀ ਪੰਚਕੂਲਾ ਮਾਰਗ ਤੇ ਵਾਪਰਿਆ ਜਦੋਂ ਚੜ੍ਹਾਈ ਚੜ੍ਹਦੇ ਹੋਏ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ।